ਪਰ ਠੰਡ ਵਿੱਚ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਠੇਕਾ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬਟਾਲਾ ਦੇ ਸੁੱਖਾ ਸਿੰਘ ਮਹਿਤਾਬ ਸਿੰਘ ਪਾਰਕ ਵਿੱਚ ਸਰਕਾਰ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ ਅਤੇ ਫੂਕਿਆ ਪੁਤਲਾ। ਇਸ ਮੌਕੇ ਠੇਕਾ ਮੁਲਾਜ਼ਮਾਂ ਨੇ ਕਿਹਾ ਕਿ ਉਹਨਾਂ ਦੀਆਂ ਮੰਗਾਂ ਹਨ ਕਿ ਜੋ ਮੁਲਾਜ਼ਮ ਪਿਛਲੇ 15 ਸਾਲਾਂ ਤੋਂ ਠੇਕੇ ਉੱਤੇ ਕੰਮ ਕਰ ਰਹੇ ਹਨ ਉਹਨਾਂ ਨੂੰ ਪੱਕੇ ਕਰਦੇ ਵਿਭਾਗ ਵਿੱਚ ਲਿਆ ਜਾਵੇ ਅਤੇ ਅੱਗੇ ਤੋਂ ਠੇਕਾ ਭਰਤੀ ਬੰਦ ਕੀਤੀ ਜਾਵੇ ਅਤੇ ਆਊਟ ਸੋਰਸ ਭਰਤੀ ਵੀ ਬੰਦ ਕੀਤੀ ਜਾਵੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਨਾਲ ਬੈਠ ਕੇ ਮੀਟਿੰਗ ਕਰਨ ਦਾ ਸਮਾਂ ਦੇਵੇ ਅਤੇ ਉਹਨਾਂ ਦੀਆਂ ਮੰਗਾਂ ਸੁਣ ਕੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ, ਨਹੀਂ ਤਾਂ ਆਉਂਦੇ ਸਮੇਂ ਵਿੱਚ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਅੱਜ ਦਾ ਜਿਹੜਾ ਪੁਤਲਾ ਫੂਕਿਆ ਇਹ ਇਸ ਕਰਕੇ ਵੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਇਹਨਾਂ ਨੇ 19 ਵਾਰਾਂ ਠੇਕਾ ਸੰਘਰਸ਼ ਮੁਲਾਜ਼ਮ ਮੋਰਚੇ ਨੂੰ ਮੀਟਿੰਗ ਦੇ ਕੇ ਮੁਕਰ ਗਏ ਆ। ਉਸ ਦੇ ਰੋਜ਼ ਵਜੋਂ ਅੱਜ ਭਾਰੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹਰ ਬਲਾਕ ਦੇ ਹਰ ਡਿਵੀਜ਼ਨ ਦੇ ਅੱਗੇ ਇਹਨਾਂ ਪਰਿਵਾਰਾਂ ਸਮੇਤ ਬੱਚਿਆਂ ਨਾਲ ਸਮੇਤ ਅਸੀਂ ਰੋਸ ਪ੍ਰਦਰਸ਼ਨ ਕਰਕੇ ਇਹ ਪੁਤਲਾ ਫੂਕਿਆ ਵੀ ਸਰਕਾਰ ਜਿਹੜੀ ਹੈ ਇਹਨੂੰ ਨਿਕੰਮੀ ਸਰਕਾਰ ਅੱਜ ਤੱਕ ਅਸੀਂ ਨਹੀਂ ਵੇਖੀ। ਭਗਵੰਤ ਮਾਨ ਸਾਹਿਬ ਜੀ ਇਹਨਾਂ ਦੇ ਉੱਚ ਅਧਿਕਾਰੀ ਵੀ ਸਾਨੂੰ ਮੀਟਿੰਗਾਂ ਦੇ ਕੇ ਸਮਾਂ ਦੇ ਕੇ ਅਤੇ ਸਾਡੇ ਨਾਲ ਮੀਟਿੰਗ ਨਹੀਂ ਕਰਦੇ। ਉਸ ਰੋਜ਼ ਵਜੋਂ ਅਸੀਂ ਜਿਹੜਾ ਅੱਜ ਪੁਤਲਾ ਫੂਕਿਆ ਜੀ ਮੰਗਾਂ ਜੀ ਸਾਡੀਆਂ ਲੰਮੇ ਸਮੇਂ ਤੋਂ ਸਾਨੂੰ 15-15, 18-18 ਸਾਲ ਜਲ ਸਪਲਾਈ 'ਚ ਕੰਮ ਕਰਦਿਆਂ ਹੋ ਗਿਆ ਤਾਂ ਸਾਡੀ ਅੱਜ ਤੱਕ ਮੰਗ ਸਰਕਾਰ ਨੇ ਕੋਈ ਵੀ ਨਹੀਂ ਮੰਨੀ। ਸਾਡੀਆਂ ਮੰਗਾਂ ਵਾ ਵੀ ਜਿੱਦਾਂ ਠੇਕੇ 'ਤੇ ਸਾਡਾ ਸਿਸਟਮ ਚੱਲ ਰਿਹਾ, ਅਸੀਂ ਕਹਿੰਦੇ ਵੀ ਸਾਨੂੰ ਠੇਕੇਦਾਰੀ ਸਿਸਟਮ ਨੂੰ ਪੰਚਾਇਤੀ ਨਿੱਜੀਕਰਨ ਕੰਮ ਜਿਹੜਾ ਕਰ ਰਹੇ ਆ ਉਹਨੂੰ ਬੰਦ ਕਰਕੇ ਸਾਨੂੰ ਮਹਿਕਮੇ ਦੇ ਵਿੱਚ ਸ਼ਾਮਿਲ ਕੀਤਾ ਜਾਏ। ਸਾਡੀ ਲੰਮੇ ਸਮੇਂ ਤੋਂ ਇਹੋ ਮੰਗ ਆ ਸਰਕਾਰ ਅੱਗੇ, ਅੱਜ ਵੀ ਸਾਡੀ ਇਹ ਮੰਗ ਆ ਜੇ ਸਾਡੇ ਨਾਲ ਮੀਟਿੰਗ ਬਹਿ ਕੇ ਇੱਕ ਟੇਬਲ 'ਤੇ ਤਾਂ ਸਾਡੀਆਂ ਮੰਗਾਂ ਦਾ ਹੱਲ ਕਰ ਦੇਣਗੇ, ਠੀਕ ਆ। ਨਹੀਂ ਤਾਂ ਇਹਨੂੰ ਵੀ ਤਿੱਖਾ ਸੰਘਰਸ਼ ਆਉਣ ਵਾਲੇ ਦਿਨਾਂ 'ਚ ਹੀ ਫਿਰ ਜੋ ਵੀ ਸਾਡੇ ਕੋਲ ਸੰਘਰਸ਼ ਜਿੰਨਾ ਵੀ ਵੱਧ ਤੋਂ ਵੱਧ ਤਿੱਖਾ ਹੋਊਗਾ ਉਹ ਕਰਾਂਗੇ। ਸਰ ਸਾਡੀ ਮੰਗ ਇਹ ਆ ਵੀ 19 ਵਾਰ ਭਗਵੰਤ ਮਾਨ ਮੁੱਖ ਮੰਤਰੀ ਮੀਟਿੰਗਾਂ ਦੇ ਕੇ ਮੁੱਕਰ ਗਿਆ, ਵਾਰ ਵਾਰ ਮੀਟਿੰਗਾਂ ਦੇਈ ਜਾਂਦੇ ਆ ਪਰ ਮੀਟਿੰਗਾਂ ਕਰ ਦੇਣੀਆਂ ਅੱਜ ਉਹ। ਇਸ ਕਰਕੇ ਅਸੀਂ ਇਕੱਠੇ ਹੋਏ ਆ ਪੂਰੇ ਪੰਜਾਬ 'ਚ, ਅਸੀਂ ਅਰਥੀ ਫੂਕ ਮੁਜ਼ਾਹਰਾ ਕਰ ਰਹੇ ਹਾਂ ਥਾਂ ਥਾਂ 'ਤੇ, ਪੂਰੇ ਪੰਜਾਬ 'ਚ ਬਲਾਕਾਂ 'ਚ, ਜ਼ਿਲ੍ਹਿਆਂ 'ਚ, ਡਿਵੀਜ਼ਨਾਂ ਅੱਗੇ। ਔਰ ਜਿੰਨਾ ਤੱਕ ਸਾਡੀ ਮੰਗ ਦਾ ਹੱਲ ਨਹੀਂ ਹੋਇਆ, ਠੇਕੇਦਾਰੀ ਸਿਸਟਮ ਤੋਰਿਆ ਨਹੀਂ, ਸਾਨੂੰ ਮਹਿਕਮੇ 'ਚ ਸ਼ਾਮਲ ਨਹੀਂ ਕੀਤਾ, ਔਰ ਆਉਣ ਵਾਲੇ ਸਮੇਂ 'ਚ ਵੀ ਇੱਦਾਂ ਹੀ ਸੰਘਰਸ਼ ਜਿਹੜੇ ਉਹ ਤਿੱਖੇ ਕਰਨਗੇ। ਜੋ ਸੂਬਾ ਕਮੇਟੀ ਮੰਗਾਂ ਦਾ ਹੱਲ ਮੁੱਖ ਮੰਤਰੀ ਸਾਹਿਬ ਮੀਟਿੰਗ ਦੇ ਕੇ ਫਿਰ ਮੁੱਕਰ ਜਾਂਦੇ ਜੀ, ਕਹਿ ਜਾਂਦੇ ਜ਼ਰੂਰੀ ਰੁਝੇਵੇ ਆ ਉਹਨਾਂ ਕਰਕੇ ਅਸੀਂ ਮੀਟਿੰਗ ਜਿਹੜੀ ਕੈਂਸਲ ਕਰਨੇ ਆ, ਸਮਾਂ ਦੇ ਕੇ ਮੁੱਕਰ ਜਾਂਦੇ ਆ।